ਅੱਜ ਪਾਵਨ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਇੱਥੇ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਨਤਮਸਤਕ ਹੋਣ ਆਏ ਹਾਂ। ਅਰਦਾਸ ਕੀਤੀ ਹੈ ਕਿ ਪਰਮਾਤਮਾ ਸਾਰੇ ਪੰਜਾਬ ਨੂੰ, ਸਾਰੇ ਸਰਬੱਤ ਨੂੰ ਤੰਦਰੁਸਤੀਆਂ ਬਖਸ਼ੇ, ਤਰੱਕੀਆਂ ਬਖਸ਼ੇ, ਘਰਾਂ ਦੇ ਵਿੱਚ ਸੁੱਖ ਸ਼ਾਂਤੀ ਹੋਵੇ, ਤਰੱਕੀਆਂ ਦੇ ਚਿਰਾਗ ਜਗਦੇ ਰਹਿਣ। ਅੱਜ ਬਹੁਤ ਭਾਰੀ ਗਿਣਤੀ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ, ਸਟੂਡੈਂਟਸ ਜੋ ਮੈਨੂੰ ਦੱਸਿਆ ਜਾ ਰਿਹਾ ਕਿ 30,000 ਤੋਂ ਵੱਧ ਬੱਚੇ ਬੱਚੀਆਂ ਅੱਜ ਇੱਥੇ ਨਤਮਸਤਕ ਹੋਣ ਆਏ ਹਾਂ। ਔਰ ਇਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਬਲ ਬੁੱਧੀ ਦਿਓ, ਅਸੀਂ ਉੱਚ ਵਿੱਦਿਆ ਹਾਸਲ ਕਰੀਏ, ਫਿਰ ਸਮਾਜ ਸੇਵਾ ਦਾ ਕੰਮ ਸੰਭਾਲੀਏ, ਜ਼ਿੰਮੇਵਾਰੀਆਂ ਸੰਭਾਲੀਏ। ਜੋ ਡਰੱਗਸ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਖਬਰਾਂ ਇਸ ਦਲਦਲ 'ਚ ਫਸਣ ਦੀਆਂ ਆ ਰਹੀਆਂ ਨੇ, ਉਹਦੇ ਵਿੱਚੋਂ ਦਲਦਲ ਦੇ ਵਿੱਚੋਂ ਜਿਹੜੇ ਦਲਦਲ 'ਚ ਫਸ ਗਏ ਉਹਨਾਂ ਨੂੰ ਕਿਵੇਂ ਕੱਢਣਾ, ਉਹਨਾਂ ਨੂੰ ਉਹ 'ਚੋਂ ਕੱਢ ਕੇ ਵਾਪਸ ਸਮਾਜ ਦੇ ਵਿੱਚ ਕਿਵੇਂ ਲੈ ਕੇ ਆਉਣਾ, ਉਹਨਾਂ ਦੀ ਮੈਡੀਕਲੀ ਉਹਨਾਂ ਦਾ ਇਲਾਜ, ਉਸ ਤੋਂ ਬਾਅਦ ਕੌਂਸਲਿੰਗ, ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਸਾਨੂੰ ਸਮਾਜ ਨੇ ਦੁਰਕਾਰਤਾ ਜਾਂ ਸਾਨੂੰ ਸਮਾਜ ਨੇ ਸਾਨੂੰ ਤਿਆਗਤਾ, ਉਹਨਾਂ ਨੂੰ ਵੀ ਸਮਾਜ ਦੇ ਵਿੱਚ ਵਾਪਸ ਲੈ ਕੇ ਆਉਣਾ, ਰੋਜ਼ਗਾਰ ਦੇਣਾ ਉਹਨਾਂ ਨੂੰ ਤਾਂ ਕਿ ਕੰਮ 'ਤੇ ਜਾ ਸਕਣ। 4-5 ਇਹੋ ਜਿਹੇ ਫਰੰਟ ਨੇ ਜਿੱਥੋਂ ਨਸ਼ਿਆਂ ਦੇ ਖਿਲਾਫ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ। DGP ਸਾਹਿਬ ਮੇਰੇ ਨਾਲ ਖੜ੍ਹੇ ਨੇ, ਮੇਰੇ ਕੈਬਨਿਟ ਦੇ ਸਾਥੀ ਮੇਰੇ ਨਾਲ ਖੜ੍ਹੇ ਨੇ। ਅੱਜ ਇਹ ਜਿਹੜੇ ਇੱਥੇ ਬੱਚੇ ਆਏ ਨੇ, ਇਹਨਾਂ ਨੇ ਸਹੁੰ ਖਾਧੀ ਹੈ, ਅਰਦਾਸ ਕੀਤੀ ਹੈ ਕਿ ਅਸੀਂ ਇਸ ਦਲਦਲ ਦੇ ਵਿੱਚ, ਡਰੱਗਸ ਵਾਲੀ ਦਲਦਲ ਦੇ ਵਿੱਚ ਨਹੀਂ ਫਸਣਾ, ਨਸ਼ਿਆਂ ਵਾਲੀ ਦਲਦਲ 'ਚ ਨਹੀਂ ਫਸਣਾ। ਇਹ ਤਾਂ ਹੋ ਗਈ ਆਉਣ ਵਾਲੀ ਪੀੜ੍ਹੀ, ਇਹਨਾਂ ਨੂੰ ਬਚਾਈਏ। ਉਹਦੇ ਵਾਸਤੇ ਇਹਨਾਂ ਨੂੰ ਵਧੀਆ ਸਕੂਲ ਮਿਲਣ, ਕੰਪੀਟੀਸ਼ਨ ਹੋਣ ਆਪਸ 'ਚ, ਇਹਨਾਂ ਦਾ ਧਿਆਨ ਪੜ੍ਹਾਈ ਵੱਲ ਅਤੇ ਹੋਰ ਉੱਚੇ ਪਦਵੀਆਂ ਹਾਸਲ ਕਰਨ ਵੱਲ ਜਾਵੇ। ਖੇਡਾਂ ਵੀ ਸ਼ੁਰੂ ਕੀਤੀਆਂ ਹੋਈਆਂ ਨੇ ਖੇਡਾਂ ਵਤਨ ਪੰਜਾਬ ਦੀਆਂ, ਤਾਂ ਕਿ ਸਕੂਲਾਂ ਦੇ ਬੱਚੇ, ਪਿੰਡਾਂ ਦੇ ਬੱਚੇ ਖੇਡਾਂ ਦੇ ਵਿੱਚ ਹਿੱਸਾ ਲੈਣ, ਉਹਨਾਂ ਦਾ ਮਨ ਜਿਹੜਾ ਉਹ ਕਿਤੇ ਇੱਧਰ ਉੱਧਰ ਭਟਕੇ ਨਾ, ਜੋ ਬੁਰੀ ਸੰਗਤ ਵਾਲੇ ਫਿਰਦੇ ਰਹਿੰਦੇ ਉਹ ਆਸਾਨੀ ਨਾਲ ਜਾਲ 'ਚ ਫਸਾ ਲੈਂਦੇ ਆ। ਖੇਡਾਂ ਦੇ ਵਿੱਚ ਵੀ ਮੱਲਾਂ ਮਾਰੀਆਂ ਨੇ ਔਰ ਇਸ ਵਾਰ ਨਤੀਜੇ ਵੀ ਏਸ਼ੀਆਈ ਖੇਡਾਂ ਦੇ ਵਿੱਚ ਬਹੁਤ ਕਮਾਲ ਦੇ ਆਏ ਨੇ। 19 ਮੈਡਲ ਪਹਿਲੀ ਵਾਰ
ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਖਿਡਾਰੀਆਂ ਨੇ 19 ਮੈਡਲ ਜਿੱਤੇ ਨੇ। ਫਿਰ ਉਸ ਤੋਂ ਬਾਅਦ ਪੁਲਿਸ ਦੇ ਵਿੱਚ ਭਰਤੀ ਹਰ ਸਾਲ ਲਗਭਗ 2200 ਤੋਂ 2300 ਵੱਖ ਵੱਖ ਅਹੁਦਿਆਂ 'ਤੇ, ਉਹ ਵੀ ਅਸੀਂ ਅਨਾਊਂਸ ਕੀਤੀ ਹੋਈ ਹੈ ਤਾਂ ਕਿ ਮੁੰਡੇ ਕੁੜੀਆਂ ਗਰਾਊਂਡ ਦੇ ਵਿੱਚ ਜਾ ਕੇ ਤਿਆਰੀ ਕਰਨ ਅਤੇ ਉਹ ਇਹਨਾਂ ਜਿਹੜੀਆਂ ਅਲਾਮਤਾਂ ਨੇ ਉਹਨਾਂ ਤੋਂ ਬਚਿਆ ਜਾ ਸਕੇ ਅਤੇ ਉਹ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਵਿਰਾਜਮਾਨ ਹੋਣ। ਦੋ ਫਰੰਟ ਹੋ ਗਏ, ਖੇਡਾਂ ਵਾਲਾ, ਪੁਲਿਸ ਵਾਲਾ, ਤੀਜਾ ਰੋਜ਼ਗਾਰ ਵਾਲਾ। ਪੰਜਾਬੀ ਦੀ ਇੱਕ ਕਹਾਵਤ ਹੈ, ਵਿਹਲਾ ਮਨ ਸ਼ੈਤਾਨੀ ਦਾ ਘਰ। ਤੁਸੀਂ ਕਦੇ ਕਿਸੇ ਇਹੋ ਜਿਹੇ ਬੰਦੇ ਨੂੰ ਨਹੀਂ ਜਾਣਦੇ ਹੋਵੋਗੇ ਤੁਹਾਡੇ ਦੋਸਤ ਮਿੱਤਰ ਜਾਂ ਤੁਹਾਡੇ ਸਾਕ ਸੰਬੰਧੀਆਂ 'ਚੋਂ ਜਿਹੜਾ ਬੰਦਾ ਨੌਕਰੀ ਵੀ ਕਰਦਾ ਹੋਵੇ ਅਤੇ ਡਰੱਗ ਵੀ ਲੈਂਦਾ ਹੋਵੇ। ਉਦੋਂ ਫਿਰ ਟਾਈਮ ਨਹੀਂ ਮਿਲਦਾ, ਉਹ ਬੰਦਾ ਬਿਜ਼ੀ ਹੋ ਜਾਂਦਾ, ਉਹ ਕੰਮ ਤੋਂ ਆਉਂਦਾ, ਘਰੇ ਬੱਚਿਆਂ ਨਾਲ ਆ ਕੇ ਖੇਡ ਕੇ ਰੋਟੀ ਖਾ ਕੇ ਸੌ ਜਾਂਦਾ, ਸਵੇਰੇ ਫਿਰ ਕੰਮ 'ਤੇ ਜਾਣਾ ਹੁੰਦਾ। ਸੋ ਨੌਕਰੀਆਂ ਦੇਣ ਦਾ ਪ੍ਰਬੰਧ ਸਭ ਤੋਂ ਵੱਡਾ, ਜੇ ਅਸੀਂ ਡਰੱਗ ਦੇ ਬੱਚਿਆਂ ਨੂੰ ਧਿਆਨ ਹਟਾਉਣਾ ਜਾਂ ਵਾਪਸ ਲੈ ਕੇ ਆਉਣਾ ਤਾਂ ਸਭ ਤੋਂ ਵੱਡਾ ਹੈਗਾ ਰੋਜ਼ਗਾਰ ਪੈਦਾ ਕਰਨਾ। ਉਹਦੇ ਵੱਲ ਸਰਕਾਰ ਸਭ ਤੋਂ ਵੱਧ ਪ੍ਰਾਇਓਰਟੀ 'ਤੇ ਲੱਗੀ ਹੋਈ ਹੈ, ਚਾਹੇ ਉਹ ਸਰਕਾਰੀ ਨੌਕਰੀਆਂ ਹੋਣ, ਚਾਹੇ ਉਹ ਪ੍ਰਾਈਵੇਟ ਸੈਕਟਰ 'ਚ ਹੋਣ, ਕੰਮ 'ਤੇ ਜਦੋਂ ਲੱਗ ਜਾਂਦੇ ਆ। ਬੜੀ ਖੁਸ਼ੀ ਦੀ ਖਬਰ ਹੈ ਕਿ ਪਿੰਡਾਂ ਦੇ ਵਿੱਚੋਂ ਵੀ ਹੁਣ ਖਬਰਾਂ ਆਉਣ ਲੱਗ ਗਈਆਂ, ਕੋਈ ਪਟਵਾਰੀ ਬਣ ਗਿਆ, ਕੋਈ ਸਬ ਇੰਸਪੈਕਟਰ ਬਣ ਗਿਆ, ਕੋਈ ਕਲਰਕ ਲੱਗ ਗਿਆ, ਕੋਈ SDO ਬਣ ਗਿਆ, ਕੋਈ ਜਿਹੜਾ DSP ਭਰਤੀ ਹੋ ਗਿਆ। ਹੁਣ ਪਿੱਛੇ ਜੇ ਬਹੁਤ ਖੁਸ਼ੀ ਦੀ ਖਬਰ ਹੈ ਕਿ ਪਿੰਡਾਂ ਦੇ ਮੁੰਡੇ ਕੁੜੀਆਂ ਜੱਜ ਬਣ ਗਏ। ਸੋ ਇਹ ਅਹੁਦੇ ਸਾਡਾ ਇੰਤਜ਼ਾਰ ਕਰਦੇ ਸੀ। ਉੱਚ ਵਿੱਦਿਆ ਦੇ ਵਿੱਚ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਰਸਤੇ ਦਿਖਾਏ ਹੋਏ ਨੇ ਵਿੱਦਿਆ ਦੇ, ਸੋ ਅਸੀਂ ਉਹਨਾਂ ਰਸਤਿਆਂ 'ਤੇ ਚੱਲਣਾ। ਇਹ ਜਿਹੜਾ ਪੰਜਾਬ ਹੈ, ਇਹ ਗੁਰੂਆਂ ਪੀਰਾਂ ਦੀ, ਫਕੀਰਾਂ ਦੀ, ਸ਼ਹੀਦਾਂ ਦੀ ਧਰਤੀ ਹੈ। ਹਰ ਪਿੰਡ ਚਰਨ ਛੋਹ ਪ੍ਰਾਪਤ ਹੈ, ਲਗਭਗ ਹਰ ਪਿੰਡ ਕੋਈ ਨਾ ਕੋਈ ਸਾਡੇ ਗੁਰੂ ਸਾਹਿਬਾਨ, ਕੋਈ ਉਦਾਸੀਆਂ ਵੇਲੇ, ਕੋਈ ਕਿਸੇ ਲੜਾਈ ਵੇਲੇ, ਕਿਸੇ ਨਾ ਕਿਸੇ ਪਿੰਡ ਵਿੱਚ ਦੀ ਲੰਘੇ ਹੋਏ ਨੇ। ਗੁਰਦੁਆਰਾ ਸਾਹਿਬ ਯਾਦਗਾਰੀ ਬਣੇ ਹੋਏ ਨੇ ਇਤਿਹਾਸਿਕ। ਸੋ ਸਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ, ਸਾਡੇ ਕੋਲੋਂ ਖਜ਼ਾਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ 'ਚ। ਜੇ ਅਸੀਂ ਉੱਥੋਂ ਸੇਧ ਲੈ ਲਈਏ, ਜੀਵਨ ਸਫਲਾ ਹੋ ਜਾਊਗਾ। ਪੂਰੀ ਦੁਨੀਆ ਤੋਂ ਇੱਥੇ ਲੋਕ ਆਉਂਦੇ ਆ, ਨਤਮਸਤਕ ਹੁੰਦੇ ਆ। ਇਹ ਇੱਕ ਰੂਹ ਨੂੰ ਸ਼ਾਂਤੀ ਸਕੂਨ ਦੇਣ ਵਾਲੀ ਥਾਂ ਹੈ। ਸੋ ਇੱਥੇ ਆ ਕੇ ਸੱਚੇ ਦਿਲੋਂ ਜੇ ਅਰਦਾਸ ਕਰੀਏ ਤਾਂ ਪੂਰੀ ਹੁੰਦੀ ਹੈ। ਅਤੇ ਅੱਜ ਮੈਂ ਉਹਨਾਂ ਬੱਚੇ ਬੱਚੀਆਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਸਫਲਤਾ ਦਾ ਸਭ ਤੋਂ ਸ਼ਾਰਟਕੱਟ ਰਾਹ ਜਿਹੜਾ ਉਹ ਮਿਹਨਤ ਹੈ। ਓਨਲੀ ਵੇ ਟੂ ਸਕਸੈਸ ਇਜ਼ ਹਾਰਡ ਵਰਕ। ਮਿਹਨਤ ਕਰੋ, ਪੜ੍ਹੋ, ਮਾਪਿਆਂ ਦੇ ਆਗਿਆਕਾਰ ਬਣੋ ਅਤੇ ਪੜ੍ਹੋਗੇ, ਮੈਰਿਟ 'ਚ ਆਉਂਗੇ ਤਾਂ ਮੈਰਿਟ ਦੇ ਮੁਤਾਬਕ ਤੁਹਾਨੂੰ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ, ਵੱਡੀਆਂ ਵੱਡੀਆਂ ਵੱਡੇ ਵੱਡੇ ਅਹੁਦੇ, ਵੱਡੇ ਵੱਡੇ ਪੈਨ ਜਿਹੜੇ ਨੇ ਉਹ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸੋ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਹੈ, ਛੋਟੇ ਛੋਟੇ ਬੱਚੇ, ਸੱਤਵੀਂ ਵਾਲੇ, ਅੱਠਵੀਂ ਵਾਲੇ, ਨੌਵੀਂ ਵਾਲੇ, ਦਸਵੀਂ ਵਾਲੇ, ਗਿਆਰਵੀਂ ਕਲਾਸ ਵਾਲੇ ਮੁੰਡੇ ਕੁੜੀਆਂ ਇੱਥੇ ਆ ਕੇ ਨਤਮਸਤਕ ਵੀ ਹੋਏ ਨੇ, ਉਹ ਨਾਲ ਅਰਦਾਸ ਵੀ ਕੀਤੀ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ। ਔਰ ਜਦੋਂ, ਕਿਉਂਕਿ ਕਹਿੰਦੇ ਆ ਕਿ ਪਰਮਾਤਮਾ ਲੋਕਾਂ 'ਚ ਹੀ ਵੱਸਦਾ, ਜਦੋਂ ਇੰਨੀ ਵੱਡੀ ਗਿਣਤੀ 'ਚ ਲੋਕ
ਨਤਮਸਤਕ ਹੋਣ ਤੇ ਇੱਕੋ ਅਰਦਾਸ ਕਰਨ ਤਾਂ ਪਰਮਾਤਮਾ ਜ਼ਰੂਰ ਸੁਣਦਾ। ਸੋ ਇਹ ਜਿਹੜੀ ਮੁਹਿੰਮ ਹੈ, ਇਹ ਇਕੱਲਾ ਪੁਲਿਸ ਨਾਲ ਜਾਂ ਸਰਕਾਰ ਨਾਲ ਸੰਬੰਧਿਤ ਨਹੀਂ। ਇਹਦੇ ਵਾਸਤੇ ਸਾਨੂੰ ਪਿੰਡ ਪਿੰਡ 'ਚ ਸਮਾਜ ਸੇਵੀਆਂ ਸੇਵੀਆਂ ਦੀਆਂ ਕਮੇਟੀਆਂ ਬਣਾਉਣੀਆਂ ਪੈਣਗੀਆਂ, ਕਿਉਂਕਿ ਜਦੋਂ ਲੋਕ ਸਾਥ ਦੇਣ ਲੱਗ ਜਾਣ, ਕੋਈ ਵੀ ਐਸੀ ਅਲਾਮਤ ਨਹੀਂ ਜਿਹੜੀ ਤੋਂ ਛੁਟਕਾਰਾ ਨਾ ਪਾਇਆ ਜਾ ਸਕੇ। ਲੋਕ ਸਾਥ ਦੇਣ ਨੂੰ ਬਿਲਕੁਲ ਤਿਆਰ ਨੇ। ਥੋੜ੍ਹਾ ਚਿਰ ਪਹਿਲਾਂ ਲੋਕ ਥੋੜ੍ਹੇ ਜਿਹੇ ਝਿਜਕਦੇ ਸੀਗੇ, ਦੱਸਦੇ ਨਹੀਂ ਸੀਗੇ ਕਿ ਸਾਡਾ ਮੁੰਡਾ ਜਿਹੜਾ ਉਹ ਕਿਤੇ ਨਸ਼ਿਆਂ 'ਚ ਪੈ ਗਿਆ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕੀ ਕਹਿਣਗੇ ਲੋਕ, ਕੀ ਕਹਿਣਗੇ। ਪਰ ਜੇ ਆਪਾਂ ਬਿਮਾਰੀ ਦੱਸਾਂਗੇ ਨਹੀਂ ਤਾਂ ਡਾਕਟਰ ਇਲਾਜ ਕੀ ਕਰੂਗਾ। ਹੁਣ ਮਾਪੇ ਵੀ ਅੱਗੇ ਆਉਣ ਲੱਗ ਗਏ, ਕੋਈ ਗੱਲ ਨਹੀਂ, ਬੁਰੀ ਸੰਗਤ ਦਾ ਸ਼ਿਕਾਰ ਹੋ ਗਏ, ਕੋਈ ਗੱਲ ਨਹੀਂ, ਹੋ ਜਾਂਦਾ ਹੁੰਦਾ, ਕੋਈ ਦਿਨ ਮਾੜਾ ਹੁੰਦਾ। ਪਰ ਪਰਮਾਤਮਾ ਜਿਸ ਨੂੰ ਸਹਾਈ ਹੁੰਦਾ ਜਦੋਂ ਤਾਂ ਸਾਰਾ ਕੁਛ ਠੀਕ ਹੋ ਜਾਂਦਾ। ਸੋ ਦੁੱਖ ਵੇਲੇ ਸਿਮਰਨ, ਸੁੱਖ ਵੇਲੇ ਸ਼ੁਕਰਾਨਾ, ਇਹ ਜਿਹੜਾ ਸਾਡਾ ਮਿਸ਼ਨ ਹੈ ਇਹ ਇਸੇ ਆਧਾਰ 'ਤੇ ਹੈ। ਜੇ ਕੋਈ ਘਰ ਦੁੱਖ ਦੇ ਵਿੱਚ ਹੈ ਤਾਂ ਸਾਰਾ ਅਸੀਂ ਮਿਲ ਕੇ ਉਸ ਘਰ ਨੂੰ ਠੀਕ ਕਰਾਂਗੇ। ਅਸੀਂ ਉਸ ਘਰ ਦੇ ਬੱਚੇ ਨੂੰ ਅਸੀਂ ਕੋਈ ਜੇਲ੍ਹ 'ਚ ਨਹੀਂ ਭੇਜਣਾ, ਅਸੀਂ ਉਹਨੂੰ ਕੋਈ ਸਮਗਲਰ ਨਹੀਂ ਕਹਿਣਾ। ਜੇ ਉਹ ਕਿਤੇ ਐਡਿਕਟਡ ਹੋ ਗਿਆ ਤਾਂ ਫਿਰ ਉਹਨੂੰ ਮੈਡੀਕਲੀ ਉਹਨੂੰ ਸਹਾਇਤਾ ਦੇ ਕੇ, ਕੌਂਸਲਿੰਗ ਕਰਕੇ ਉਹਨੂੰ ਜਿਹੜਾ ਸਮਾਜ ਦੇ ਵਿੱਚ ਵਾਪਸ ਵੀ ਲਿਆਂਦਾ ਜਾਊਗਾ, ਖੇਡਾਂ 'ਚ ਵੀ ਲੈ ਕੇ ਜਾਵਾਂਗੇ। ਬਹੁਤ ਸਾਰੇ ਬੱਚੇ ਮੇਰੇ ਕੋਲ ਇੱਦਾਂ ਦੇ ਹਰ ਰੋਜ਼ ਆਉਂਦੇ ਵੀ ਨੇ ਜਿਹੜੇ ਕਹਿੰਦੇ ਸੀ ਅਸੀਂ ਵਾਪਸ ਨਿਕਲਿਆ ਏ। ਸੋ ਇਹ ਦਲਦਲ ਐਸੀ ਨਹੀਂ ਹੈਗੀ ਕਿ ਨਿਕਲਿਆ ਨਹੀਂ ਜਾ ਸਕਦਾ, ਵਾਪਸ ਨਿਕਲਿਆ ਇਹ ਬੱਚੇ ਅਤੇ ਆ ਕੇ ਅੱਜ ਕੰਮ ਵੀ ਕਰ ਰਹੇ ਨੇ। ਕੋਈ ਕਿਤੇ ਐਨ ਜੀ ਓ ਚਲਾ ਰਿਹਾ, ਕੋਈ ਕਿਤੇ ਜਾ ਕੇ, ਕਿਉਂਕਿ ਜਦੋਂ ਉਹ ਆ ਕੇ ਦੱਸਦੇ ਨੇ ਨਸ਼ਿਆਂ 'ਚੋਂ ਨਿਕਲ ਕੇ ਆ ਕੇ, ਜਦੋਂ ਉਹ ਨੌਜਵਾਨਾਂ ਨੂੰ ਸਮਝਾਉਂਦੇ ਨੇ ਉਦੋਂ ਜ਼ਿਆਦਾ ਸਮਝ ਆਉਂਦੀ ਹੈ ਕਿ ਮੈਂ ਵੀ ਸੀ ਇੱਦਾਂ ਅਤੇ ਮੈਂ ਵਾਪਸ ਆ ਗਿਆ ਅਤੇ ਤੁਸੀਂ ਇਹਨੇ ਕੰਮ ਨਾ ਕਰਿਓ, ਨਹੀਂ ਤਾਂ ਜਿਹੜਾ ਇਹਦਾ ਕੋਈ ਨਤੀਜੇ ਵਧੀਆ ਨਹੀਂ ਆਉਂਦੇ। ਸੋ ਅੱਜ ਮੈਂ ਤੁਹਾਡਾ ਵੀ ਬਹੁਤ ਧੰਨਵਾਦ ਕਰਦਾ ਸਾਰੇ ਮੀਡੀਆ ਦਾ ਕਿ ਬੜੇ ਡਿਸਿਪਲਿਨ ਦੇ ਵਿੱਚ ਰਹਿ ਕੇ, ਕਿਉਂਕਿ ਬਹੁਤ ਵੱਡੀ ਗਿਣਤੀ 'ਚ ਆਏ ਹੋਏ ਆ ਇੱਥੇ ਲੋਕ ਸ਼ਰਧਾ ਲਈ, ਅਤੇ ਅੱਜ ਡਿਸਿਪਲਿਨ ਦੇ ਵਿੱਚ ਰਹਿ ਕੇ ਤੁਸੀਂ ਇਹ ਸਾਰੇ ਅੱਜ ਦੇ ਇਸ ਅਰਦਾਸ ਦੇ ਸਮਾਗਮ ਨੂੰ ਤੁਸੀਂ ਪੂਰੀ ਦੁਨੀਆ 'ਚ ਦਿਖਾ ਰਹੇ ਹੋ, ਲਾਈਵ ਚੱਲ ਰਿਹਾ ਹੋਣਾ ਬਹੁਤ ਥਾਵੇਂ। ਸੋ ਮੈਂ ਇਹੀ ਅਰਦਾਸ ਕਰਦਾ ਕਿ ਪਰਮਾਤਮਾ ਸਾਨੂੰ ਸਮਰੱਥ ਬਖਸ਼ ਦੇ, ਜੋ ਜ਼ਿੰਮੇਦਾਰੀ ਸਾਨੂੰ ਦਿੱਤੀ ਹੈ ਉਸ ਜ਼ਿੰਮੇਦਾਰੀ ਨੂੰ ਨਿਭਾਉਣ ਦਾ ਸਾਨੂੰ ਬਲ ਬਖਸ਼ੇ। ਕਹਿੰਦੇ ਆ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ। ਸੋ ਇਸ ਕਰਕੇ ਜਿਹੜਾ ਜ਼ਿੰਮੇਵਾਰੀ ਦਿੰਦਾ ਪਰਮਾਤਮਾ ਨੇ, ਜੇ ਜ਼ਿੰਮੇਵਾਰੀ ਦਿੱਤੀ ਹੈ ਤਾਂ ਫਿਰ ਉਹ ਨਿਭਾਉਣ ਦਾ ਬਲ ਵੀ ਦਿੰਦਾ, ਸਮਰੱਥ ਵੀ ਦਿੰਦਾ। ਅਤੇ ਅਸੀਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ, ਰੰਗਲਾ ਪੰਜਾਬ ਬਣਾਉਣਾ, ਇਹ ਮਿਸ਼ਨ ਹੈ ਸਾਡਾ। ਅਤੇ ਮੈਂ ਕਮਿਸ਼ਨਰ ਪੁਲਿਸ ਨੌਨਿਹਾਲ ਸਿੰਘ ਜੀ ਨੂੰ, DGP ਸਾਹਿਬ ਨੂੰ, ਉਹਨਾਂ ਦੀ ਸਾਰੀ ਟੀਮ ਨੂੰ ਮੈਂ ਇਸ ਗੱਲ ਲਈ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਇੱਕ ਬਹੁਤ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਅੱਜ 40 ਗਰਾਊਂਡਾਂ ਦੇ ਵਿੱਚ ਕ੍ਰਿਕਟ ਦੇ ਮੈਚ ਖੇਡੇ ਜਾਣਗੇ ਤਾਂ ਕਿ ਨੌਜਵਾਨਾਂ ਦਾ ਜਿਹੜਾ ਰੁਚੀ ਹੈ, ਦਿਲਚਸਪੀ ਹੈ, ਉਹ ਖੇਡਾਂ ਵੱਲ ਵੀ ਹੋਵੇ ਅਤੇ ਉਹ ਆ ਅਲਾਮਤਾਂ ਤੋਂ ਬਚੀਏ। ਇੱਕ ਪਾਤਰ ਸਾਹਿਬ ਨੇ ਲਿਖਿਆ ਸੀ ਕਿ ਕੀ ਹੋਇਆ ਜੇ ਪਤਝੜ ਆਈ, ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਸੋ ਕਲਮੇ ਅਸੀਂ ਲੱਭ ਲਾਂਗੇ, ਫੁੱਲਾਂ ਜੋਗੀ ਜ਼ਮੀਨ ਸਾਡੇ ਕੋਲ ਹੈਗੀ ਆ, ਹਜੇ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ, ਇਹਨਾਂ ਬੇਰਾਂ ਨੂੰ ਅਸੀਂ ਝਾੜ ਕੇ ਦੁਬਾਰਾ ਪੰਜਾਬ ਦੀ ਝੋਲੀ 'ਚ ਪਾਵਾਂਗੇ। ਇਹੀ ਅੱਜ ਅਰਦਾਸ ਕੀਤੀ ਹੈ ਮੈਂ ਤੁਹਾਡਾ ਸਾਰੇ ਮੀਡੀਆ। ਅੱਜ ਕੋਈ ਸਵਾਲ ਨਹੀਂ ਮੈਂ ਲਊਂਗਾ, ਅੱਜ ਕੋਈ ਮੈਂ ਰਾਜਨੀਤਿਕ ਗੱਲਾਂ ਨਹੀਂ ਕਰੂੰਗਾ, ਉਹਦੇ ਵਾਸਤੇ ਆਪਾਂ ਕਿਤੇ ਹੋਰ ਮੰਚ ਲਾ ਲਾਂਗੇ। ਇਹ ਦਰਬਾਰ ਜਿਹੜਾ ਇਹ ਜਿਹੜੀ ਮੁਕੱਦਸ
ਪਵਿੱਤਰ ਜਗ੍ਹਾ ਜਿਹੜੀ ਹੈ ਇਹ ਰਾਜਨੀਤੀ ਕਰਨ ਲਈ ਨਹੀਂ ਹੈਗੀ। ਇੱਥੇ ਤਾਂ ਆਪਾਂ ਮੰਗਣ ਆਉਂਦੇ ਹਾਂ, ਇੱਥੇ ਤਾਂ ਅਸੀਂ ਵੀ ਅੱਜ ਮੰਗਣ ਆਏ ਹਾਂ, ਠੀਕ ਹੈ ਨਾ। ਸੋ ਇਹ ਰਾਜਨੀਤੀ ਵਾਸਤੇ ਕਦੇ ਫੇਰ ਕਿਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਲਾਂਗੇ, ਅਤੇ ਪਰ ਅੱਜ ਸਿਰਫ ਤੁਸੀਂ ਵੀ ਇਹੀ ਅਰਦਾਸ ਕਰਿਓ ਕਿ ਤੁਹਾਡੇ ਕੈਮਰਿਆਂ ਵਿੱਚ ਜਿਹੜੀਆਂ ਟੀਕਾ ਲੱਗਿਆ ਲਗਾਇਆ ਰਹਿ ਗਿਆ, ਨੌਜਵਾਨ ਦੀ ਮੌਤ ਹੋ ਗਈ, ਇਹੋ ਜਿਹੀਆਂ ਖਬਰਾਂ ਤੁਹਾਡੇ ਕੈਮਰਿਆਂ ਰਾਹੀਂ ਉਹ ਮਿਲਣੀਆਂ ਹੀ ਬੰਦ ਹੋ ਜਾਣ, ਉਹ ਦਿਖਾਉਣੀਆਂ ਹੀ ਬੰਦ ਹੋ ਜਾਣ, ਇਹੋ ਜਿਹਾ ਪੰਜਾਬ ਅਸੀਂ ਬਣਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।